ਪੰਜਾਬ ਪੁਲਿਸ ਦੇ ਵੱਲੋਂ ਇੱਕ ਵੱਡਾ ਐਕਸ਼ਨ ਕੀਤਾ ਗਿਆ। ਪ੍ਰੇਮੀ ਜੋੜੇ ਤੋਂ 1 ਕਿਲੋ ਅਫੀਮ ਬਰਾਮਦ ਕੀਤੀ ਗਈ। ਪੁਲਿਸ ਨੇ ਸ਼ੱਕ ਪੈਣ ਤੇ ਇਹਨਾਂ ਨੂੰ ਰੋਕਿਆ ਤਾਂ ਜਦੋਂ ਤਲਾਸ਼ੀ ਲਈ ਤਾਂ ਇਸ ਪ੍ਰੇਮੀ ਜੋੜੇ ਤੋਂ 1 ਕਿਲੋ ਅਫੀਮ ਬਰਾਮਦ ਹੋਈ ਹੈ। ਰਾਜਪੁਰਾ ਥਾਣਾ ਸਦਰ ਦੀ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ, ਲਿਹਾਜ਼ਾ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਬਸੰਤਪੁਰਾ ਨੇੜੇ ਇਹ ਐਕਸ਼ਨ ਕੀਤਾ ਗਿਆ। ਜਦੋਂ ਪੁਲਿਸ ਨੂੰ ਇਹਨਾਂ ਦੋਵਾਂ ਤੇ ਸ਼ੱਕ ਹੋਇਆ ਤਾਂ ਰੋਕਿਆ। ਇਹਨਾਂ ਦੇ ਕੋਲੋਂ 1 ਕਿਲੋ ਅਫੀਮ ਬਰਾਮਦ ਹੋਈ ਜਿਸ ਦੀ ਬਾਜ਼ਾਰੀ ਕੀਮਤ ਲੱਖਾਂ ਰੁਪਏ ਦੇ ਵਿੱਚ ਹੈ ਤੇ ਪੁਲਿਸ ਨੇ ਜਦੋਂ ਸਖਤੀ ਦੇ ਨਾਲ ਇਹਨਾਂ ਤੋਂ ਪੁੱਛਿਆ, ਇਹਨਾਂ ਨੇ ਆਪਣਾ ਨਾਮ ਮਨੋਜ ਕੁਮਾਰ ਪੁੱਤਰ ਲੋਕਨਾਥ ਅਤੇ ਕਾਲੋ ਦੇਵੀ ਵਾਸੀ ਝਾਰਖੰਡ ਵਜੋਂ ਦੱਸਿਆ। ਇਹ ਪਹਿਲਾਂ ਵੀ ਤਸਕਰੀ ਕਰਦੇ ਰਹੇ ਨੇ ਔਰ ਦੂਜੀ ਵਾਰ ਇਹ ਪੰਜਾਬ ਆਏ ਸੀ, ਨਸ਼ੇ ਦੀ ਤਸਕਰੀ ਕਰਨੀ ਸੀ, ਪਰ ਉਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਪ੍ਰੇਮੀ ਜੋੜਾ ਹੈ ਝਾਰਖੰਡ ਤੋਂ ਪੰਜਾਬ ਆਏ ਸੀ, ਦੋਵੇਂ ਝਾਰਖੰਡ ਦੇ ਰਹਿਣ ਵਾਲੇ ਨੇ, ਪਹਿਲਾਂ ਵੀ ਨਸ਼ਾ ਤਸਕਰੀ ਕਰਦੇ ਰਹਿੰਦੇ ਨੇ ਔਰ ਦੂਜੀ ਵਾਰ ਪੰਜਾਬ ਆਏ ਸੀ ਤਾਂ ਪੁਲਿਸ ਨੇ ਇਹਨਾਂ ਨੂੰ ਦਬੋਚ ਲਿਆ। ਰਾਜਪੁਰਾ ਪੁਲਿਸ ਦੇ ਵੱਲੋਂ ਇਸ ਪ੍ਰੇਮੀ ਜੋੜੇ ਤੇ ਵੱਡਾ ਐਕਸ਼ਨ ਕੀਤਾ ਗਿਆ। ਮੈਂ ਇੰਸਪੈਕਟਰ ਕਿਰਪਾਲ ਸਿੰਘ, SHO ਸਦਰ ਰਾਜਪੁਰਾ, ਮਾਨਯੋਗ SSP ਪਟਿਆਲਾ ਸਰਦਾਰ ਡਾਕਟਰ ਨਾਨਕ ਸਿੰਘ IPS ਦੀ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਬਿਕਰਮਜੀਤ ਬਰਾੜ DSP ਸਬ ਡਿਵੀਜ਼ਨ ਰਾਜਪੁਰਾ ਦੀ ਦੇਖ ਰੇਖ 'ਚ ਅਸੀਂ ਸਭ ਬਸੰਤਪੁਰੇ AGM ਰਿਜੋਰਟ ਨਾਕਾਬੰਦੀ ਕੀਤੀ ਹੋਈ ਸੀ। ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ASA ਪਰਮਜੀਤ ਸਿੰਘ ਅਤੇ ਮਹਿਲਾ ਸਿਪਾਹੀ ਸੁਰਿੰਦਰ ਕੌਰ ਨੇ ਚੈਕਿੰਗ ਦੌਰਾਨ 1 ਕਿਲੋ ਅਫੀਮ ਬਰਾਮਦ ਕੀਤੀ। ਇਹ ਮਨੋਜ ਕੁਮਾਰ ਅਤੇ ਕਾਲੋ ਦੇਵੀ ਜਿਹੜੇ ਝਾਰਖੰਡ ਦੇ ਰਹਿਣ ਵਾਲੇ ਆ, ਇਹ ਨਾਕਾ ਪਾਰਟੀ ਨੂੰ ਦੇਖ ਕੇ ਬੱਸ ਦੀ ਪਿਛਲੀ ਤਾਕੀ 'ਚੋਂ ਉਤਰ ਕੇ ਥੋੜ੍ਹਾ ਜਿਹਾ ਪਿਛਾਂ ਨੂੰ ਮੁੜਨ ਲੱਗੇ, ਜਿਨ੍ਹਾਂ ਨੂੰ ਸਾਡੀ ਪੁਲਿਸ ਪਾਰਟੀ ਨੇ ਬੜੀ ਮੁਸਤੈਦੀ ਨਾਲ ਕਾਬੂ ਕਰਕੇ 1 ਕਿਲੋ ਅਫੀਮ ਬਰਾਮਦ ਕੀਤੀ ਹੈ। ਹੁਣ ਅਸੀਂ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਦੋਨੋਂ ਦੇਖਾਂਗੇ। ਜੋ ਵੀ ਬੰਦੇ ਦੀ ਹੋਰ ਦੀ ਵਿੱਚ ਵਸੀਅਤ ਆਈ ਤੇ ਉਹਨੂੰ ਸਾਨੂੰ ਤਫਤੀਸ਼ ਕਰਾਂਗੇ। ਪੰਜਾਬ ਪੁਲਿਸ ਦੇ ਵੱਲੋਂ ਇੱਕ ਵੱਡਾ ਐਕਸ਼ਨ ਕੀਤਾ ਗਿਆ। ਪ੍ਰੇਮੀ ਜੋੜੇ ਤੋਂ 1 ਕਿਲੋ ਅਫੀਮ ਬਰਾਮਦ ਕੀਤੀ ਗਈ। ਪੁਲਿਸ ਨੇ ਸ਼ੱਕ ਪੈਣ ਤੇ ਇਹਨਾਂ ਨੂੰ ਰੋਕਿਆ ਤਾਂ ਜਦੋਂ ਤਲਾਸ਼ੀ ਲਈ ਤਾਂ ਇਸ ਪ੍ਰੇਮੀ ਜੋੜੇ ਤੋਂ 1 ਕਿਲੋ ਅਫੀਮ ਬਰਾਮਦ ਹੋਈ ਹੈ। ਰਾਜਪੁਰਾ ਥਾਣਾ ਸਦਰ ਦੀ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ, ਲਿਹਾਜ਼ਾ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਬਸੰਤਪੁਰਾ ਨੇੜੇ ਇਹ ਐਕਸ਼ਨ ਕੀਤਾ ਗਿਆ। ਜਦੋਂ ਪੁਲਿਸ ਨੂੰ ਇਹਨਾਂ ਦੋਵਾਂ ਤੇ ਸ਼ੱਕ ਹੋਇਆ ਤਾਂ ਰੋਕਿਆ। ਇਹਨਾਂ ਦੇ ਕੋਲੋਂ 1 ਕਿਲੋ ਅਫੀਮ ਬਰਾਮਦ ਹੋਈ ਜਿਸ ਦੀ ਬਾਜ਼ਾਰੀ ਕੀਮਤ ਲੱਖਾਂ ਰੁਪਏ ਦੇ ਵਿੱਚ ਹੈ ਤੇ ਪੁਲਿਸ ਨੇ ਜਦੋਂ ਸਖਤੀ ਦੇ ਨਾਲ ਇਹਨਾਂ ਤੋਂ ਪੁੱਛਿਆ, ਇਹਨਾਂ ਨੇ ਆਪਣਾ ਨਾਮ ਮਨੋਜ ਕੁਮਾਰ ਪੁੱਤਰ ਲੋਕਨਾਥ ਅਤੇ ਕਾਲੋ ਦੇਵੀ ਵਾਸੀ ਝਾਰਖੰਡ ਵਜੋਂ ਦੱਸਿਆ। ਇਹ ਪਹਿਲਾਂ ਵੀ ਤਸਕਰੀ ਕਰਦੇ ਰਹੇ ਨੇ ਔਰ ਦੂਜੀ ਵਾਰ ਇਹ ਪੰਜਾਬ ਆਏ ਸੀ, ਨਸ਼ੇ ਦੀ ਤਸਕਰੀ ਕਰਨੀ ਸੀ, ਪਰ ਉਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਪ੍ਰੇਮੀ ਜੋੜਾ ਹੈ ਝਾਰਖੰਡ ਤੋਂ ਪੰਜਾਬ ਆਏ ਸੀ, ਦੋਵੇਂ ਝਾਰਖੰਡ ਦੇ ਰਹਿਣ ਵਾਲੇ ਨੇ, ਪਹਿਲਾਂ ਵੀ ਨਸ਼ਾ ਤਸਕਰੀ ਕਰਦੇ ਰਹਿੰਦੇ ਨੇ ਔਰ ਦੂਜੀ ਵਾਰ ਪੰਜਾਬ ਆਏ ਸੀ ਤਾਂ ਪੁਲਿਸ ਨੇ ਇਹਨਾਂ ਨੂੰ ਦਬੋਚ ਲਿਆ। ਰਾਜਪੁਰਾ ਪੁਲਿਸ ਦੇ ਵੱਲੋਂ ਇਸ ਪ੍ਰੇਮੀ ਜੋੜੇ ਤੇ ਵੱਡਾ ਐਕਸ਼ਨ ਕੀਤਾ ਗਿਆ। ਮੈਂ ਇੰਸਪੈਕਟਰ ਕਿਰਪਾਲ ਸਿੰਘ, SHO ਸਦਰ ਰਾਜਪੁਰਾ, ਮਾਨਯੋਗ SSP ਪਟਿਆਲਾ ਸਰਦਾਰ ਡਾਕਟਰ ਨਾਨਕ ਸਿੰਘ IPS ਦੀ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਬਿਕਰਮਜੀਤ ਬਰਾੜ DSP ਸਬ ਡਿਵੀਜ਼ਨ ਰਾਜਪੁਰਾ ਦੀ ਦੇਖ ਰੇਖ 'ਚ ਅਸੀਂ ਸਭ ਬਸੰਤਪੁਰੇ AGM ਰਿਜੋਰਟ ਨਾਕਾਬੰਦੀ ਕੀਤੀ ਹੋਈ ਸੀ।
ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ASC ਪਰਮਜੀਤ ਸਿੰਘ ਅਤੇ ਮਹਿਲਾ ਸਿਪਾਹੀ ਸੁਰਿੰਦਰ ਕੌਰ ਨੇ ਚੈਕਿੰਗ ਦੌਰਾਨ 1 ਕਿਲੋ ਅਫੀਮ ਬਰਾਮਦ ਕੀਤੀ। ਇਹ ਮਨੋਜ ਕੁਮਾਰ ਅਤੇ ਕਾਲੋ ਦੇਵੀ ਜਿਹੜੇ ਝਾਰਖੰਡ ਦੇ ਰਹਿਣ ਵਾਲੇ ਆ, ਇਹ ਨਾਕਾ ਪਾਰਟੀ ਨੂੰ ਦੇਖ ਕੇ ਬੱਸ ਦੀ ਪਿਛਲੀ ਤਾਕੀ 'ਚੋਂ ਉੱਤਰ ਕੇ ਥੋੜ੍ਹਾ ਜਿਹਾ ਪਿਛਾਂ ਨੂੰ ਮੁੜਨ ਲੱਗੇ, ਜਿਨ੍ਹਾਂ ਨੂੰ ਸਾਡੀ ਪੁਲਿਸ ਪਾਰਟੀ ਨੇ ਬੜੀ ਮੁਸਤੈਦੀ ਨਾਲ ਕਾਬੂ ਕਰਕੇ 1 ਕਿਲੋ ਅਫੀਮ ਬਰਾਮਦ ਕੀਤੀ ਹੈ। ਹੁਣ ਅਸੀਂ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਦੋਨੋਂ ਦੇਖਾਂਗੇ, ਜੋ ਵੀ ਬੰਦੇ ਦੀ ਹੋਰ ਦੀ ਇਹਦੇ ਵਿੱਚ ਵਸੀਅਤ ਆਈ ਅਤੇ ਉਹਨੂੰ ਸਾਨੂੰ ਤਫਤੀਸ਼ ਕਰਾਂਗੇ।